ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਜੋ ਪਾਤਸ਼ਾਹ ਜੀ ਨੇ ਤਰੁੱਠ ਕੇ ਆਪਾਂ ਸਾਰਿਆਂ ਨੂੰ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਜ਼ਿੰਦਗੀ ਵਿੱਚ ਇੱਕ ਵਾਰ ਫਿਰ ਇਹ ਗੁਰੂ ਦੇ ਨਾਮ ਉੱਤੇ ਪੁਰਬ ਮਨਾਉਣ ਦਾ ਆਪਾਂ ਨੂੰ ਸੁਭਾਗ ਬਖਸ਼ਿਸ਼ ਕੀਤਾ। ਸਮਾਗਮ ਕੋਈ ਵੀ ਹੋਵੇ, ਮਕਸਦ ਇੱਕ ਹੀ ਹੁੰਦਾ, ਇਹਦਾ ਨਾਮ ਰੱਖੀ ਦਾ ਗੁਰਮਤਿ ਸਮਾਗਮ, ਜਿਹਦੇ ਵਿੱਚੋਂ ਆਪਾਂ ਗੁਰੂ ਦੀ ਮੱਤ ਸਿੱਖਣ ਵਾਸਤੇ ਇਕੱਠੇ ਹੋਏ। ਕਿਉਂਕਿ ਬੰਦੇ ਦੀ ਮੱਤ ਪਰਫੈਕਟ ਨਹੀਂ ਹੈ, ਸਾਰੀ ਦੁਨੀਆ ਇਮਪਰਫੈਕਟ ਹੈ, ਕੋਈ ਨਾ ਕੋਈ ਘਾਟ ਕੋਈ ਔਗਣ ਹਰ ਬੰਦੇ ਵਿੱਚ ਹੈ। ਜੇ ਕਿਸੇ ਦੀ ਮੱਤ ਪੂਰੀ ਹੈ, ਸਾਧ ਸੰਗਤ ਜੋ ਸੰਸਾਰ ਵਿੱਚ ਕਦੇ ਕਿਸੇ ਤੋਂ ਭੁੱਲ ਨਹੀਂ ਹੋਈ, ਕੋਈ ਗਲਤੀ ਨਹੀਂ ਹੋਈ, ਸਦਾ ਅਭੁੱਲ ਹੈ ਔਰ ਪਰਫੈਕਟ ਹੈ, ਉਹ ਸਿਰਫ ਦੋ ਹਸਤੀਆਂ ਨੇ, ਇੱਕ ਸਤਿਗੁਰੂ ਇੱਕ ਅਕਾਲ ਪੁਰਖ ਰੱਬ। ਬਾਕੀ ਸਭ ਬੰਦੇ ਭੁੱਲਣ ਵਿੱਚ ਨੇ, ਹਰ ਬੰਦੇ ਤੋਂ ਭੁੱਲ ਹੁੰਦੀ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕੱਲ ਵੀ ਆਪਾਂ ਸਰਵਣ ਕੀਤਾ, ਰੱਬ ਨੇ ਗੁਰੂ ਨਿਸ਼ਚਿਤ ਕੀਤਾ ਕਿ ਭਾਈ ਗੁਰੂ ਤੈਨੂੰ ਰਾਹ ਦੱਸੇਗਾ, ਤੂੰ ਕਿਸ ਮੰਜ਼ਿਲ 'ਤੇ ਜਾਣਾ, ਉਸ ਮੰਜ਼ਿਲ ਵਾਸਤੇ ਰਸਤਾ ਕਿਹੜਾ, ਇਹ ਗੁਰੂ ਨੇ ਦੱਸਣਾ। ਔਰ ਜਦੋਂ ਕਿਸੇ ਕੋਲੋਂ ਪੁੱਛਣ ਜਾਈਏ, ਫਿਰ ਉਹਦੇ ਮੁਤਾਬਕ ਸਮਰਪਿਤ ਹੋਣਾ ਪੈਂਦਾ। ਬੱਚਾ ਸਕੂਲ ਵਿੱਚ ਸਟੱਡੀ ਕਰਨ ਜਾਂਦਾ, ਟੀਚਰ ਉਹਨੂੰ ਪੜ੍ਹਾਈ ਕਰਾ ਕੇ ਡਿਗਰੀਆਂ ਤੱਕ ਪਹੁੰਚਾ ਦਿੰਦਾ, ਪਰ ਸ਼ਰਤ ਇੱਕ ਹੈ, ਉਹਨੂੰ ਸਕੂਲ ਕਾਲਜ ਦੇ ਡਿਸਿਪਲਨ ਵਿੱਚ ਰਹਿਣਾ ਪੈਂਦਾ। ਸਕੂਲ ਅਤੇ ਕਾਲਜ ਦੇ ਡਿਸਿਪਲਨ ਵਿੱਚ ਉਹਨੂੰ ਰਹਿਣਾ ਪੈਂਦਾ, ਫਿਰ ਉਹ ਬੱਚਾ ਡਿਗਰੀਆਂ ਤੱਕ ਪਹੁੰਚਦਾ। ਇੱਦਾਂ ਸਾਧ ਸੰਗਤ ਗੁਰੂ ਕੋਲੋਂ ਰੱਬ ਤੱਕ ਪਹੁੰਚਣ ਦਾ ਰਾਹ ਪੁੱਛੀਦਾ, ਗੁਰੂ ਰੱਬ ਦੀ ਦਰਗਾਹ ਤੱਕ ਲੈ ਕੇ ਜਾਂਦਾ। ਇਕੱਲਾ ਗੁਰੂ ਰਾਹ ਦੱਸਦਾ ਨਹੀਂ, ਨਾਲ ਤੁਰ ਕੇ ਮਾਰਗ 'ਤੇ ਵੀ ਨਾਲ ਤੁਰੇਗਾ, ਮੰਜ਼ਿਲ ਤੱਕ ਵੀ ਪਹੁੰਚਾਉਂਦਾ। ਪਰ ਸ਼ਰਤ ਇੱਕ ਹੈ ਕਿ ਗੁਰੂ ਦੀ ਮਰਿਆਦਾ, ਗੁਰੂ ਦੀ ਰਹਿਤ, ਗੁਰੂ ਦੇ ਹੁਕਮ ਵਿੱਚ ਚੱਲਣਾ ਪਏਗਾ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਜਿਹੜਾ ਆਪਣੀ ਮਰਜ਼ੀ ਕਰੇ ਉਹ ਗੁਰੂ ਤੋਂ ਵਿਛੜ ਜਾਂਦਾ ਅਤੇ ਚੋਟਾਂ ਖਾਂਦਾ। ਆਪਾਂ ਗੁਰੂ ਦੀ ਮੱਤ ਸਿੱਖਣ ਵਾਸਤੇ ਜੁੜ ਬੈਠੇ ਹਾਂ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਹਾਜ਼ਰੀ ਲਵਾਓ, ਅਸੀਸ ਬਖਸ਼ੋ, ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਆਖੋ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ, ਔਰ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਸਾਧ ਸੰਗਤ, ਦੁਨਿਆਵੀ ਸਟੱਡੀ ਵਿੱਚ ਤੁਸੀਂ ਸਕੂਲਾਂ 'ਚ ਪੜ੍ਹੇ ਹੋ, ਟੀਚਰ ਮੋਨੀਟਰ ਉਹਨੂੰ ਬਣਾਉਂਦਾ ਜਿਹੜਾ ਟੀਚਰ ਨੂੰ ਹਰ ਸਵਾਲ ਉੱਤੇ, ਕੁਐਸਚਨ ਉੱਤੇ ਹੱਥ ਖੜਾ ਕਰਕੇ ਕਵੇ ਮੈਨੂੰ ਆਉਂਦਾ। ਜਦੋਂ ਟੀਚਰ ਵੇਖਦਾ ਵੀ ਇਹ ਸਟੂਡੈਂਟ ਨੂੰ ਸਭ ਕੁਝ ਆਉਂਦਾ, ਉਹਨੂੰ ਟੀਚਰ ਮੋਹਰੇ ਬਿਠਾ ਕੇ ਮੋਨੀਟਰ ਬਣਾ ਦਿੰਦਾ, ਉਹਨੂੰ ਟੀਚਰ ਕਲਾਸ ਦਾ ਮੋਨੀਟਰ ਬਣਾ ਦਿੰਦਾ। ਪਰ ਸਾਧ ਸੰਗਤ, ਗੁਰਮਤਿ ਦੀ ਪੜ੍ਹਾਈ ਬਿਲਕੁਲ ਅਲੱਗ ਹੈ।
ਇੱਥੇ ਸਿੱਖ ਨੇ ਗੁਰੂ ਦਾ ਉਪਦੇਸ਼ ਸਿੱਖਣਾ ਵੀ ਹੈ, ਇੱਥੇ ਸਿੱਖ ਨੇ ਜਤੀ ਸਤੀ ਵੀ ਰਹਿਣਾ, ਗੁਰੂ ਦਾ ਉਪਦੇਸ਼ ਵੀ ਕਮਾਉਣਾ, ਨਾਮ ਵੀ ਜਪਣਾ, ਸੇਵਾ ਵੀ ਕਰਨੀ। ਸਭ ਕੁਝ ਕਰਨ ਤੋਂ ਬਾਅਦ ਗੁਰੂ ਅੱਗੇ ਅਰਦਾਸ ਕਰਕੇ ਕਹਿਣਾ, ਪਾਤਸ਼ਾਹ ਮੈਨੂੰ ਕੁਝ ਨਹੀਂ ਆਉਂਦਾ। ਗੁਰੂ ਉਹਨੂੰ ਮੋਨੀਟਰ ਬਣਾਉਂਦਾ ਜਿਹੜਾ ਕਵੇ ਮੈਨੂੰ ਕੁਝ ਨਹੀਂ ਆਉਂਦਾ। ਜਤੀ ਸਤੀ ਰਵੇ, ਪਾਠ ਵੀ ਪੜ੍ਹੇ, ਸੇਵਾ ਵੀ ਕਰੇ, ਗੁਰੂ ਦਾ ਹੁਕਮ ਵੀ ਮੰਨੇ, ਸਭ ਕੁਝ ਕਰਕੇ ਕਵੇ ਕਿ ਮੈਨੂੰ ਕੁਝ ਨਹੀਂ ਆਉਂਦਾ। ਤੁਸੀਂ ਪੜ੍ਹ ਕੇ ਆਏ ਹੋ, ਰਹਿਰਾਸ ਦੇ ਪਾਠ ਵਿੱਚ ਸੁਣੇ, ਪਾਤਸ਼ਾਹ ਕਿਹਨੂੰ ਪ੍ਰਵਾਨ ਕਰਦੇ ਹੋ? ਜਿਹੜਾ ਸਿੱਖ ਰੋਜ਼ ਹੱਥ ਜੋੜ ਕੇ ਕਵੇ, ਨਾ ਹੋ ਜਤੀ ਸਤੀ ਨਹੀਂ ਪੜਿਆ, ਆਖੋ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰੇ। ਅਗਲਾ ਸ਼ਬਦ ਪੜਿਓ। ਉੱਚ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ, ਤੂੰ ਜਪ ਤਪ ਵੀ ਕਰਨਾ, ਭਲਾ ਵੀ ਕਰਨਾ, ਸੰਸਾਰ ਵਿੱਚ ਪੁੰਨ ਦਾਨ ਸੇਵਾ ਸਿਮਰਨ ਸਭ ਕੁਝ ਕਰਕੇ, ਪਰ ਤੂੰ ਗੁਰੂ ਕੋਲ ਆ ਕੇ ਜ਼ਰੂਰ ਕਹਿਣਾ ਅੰਦਰੋਂ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ। ਪੜ੍ਹੋ, ਜਪ ਤਪ ਸੰਜਮ ਧਰਮ ਨਾ ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਕਹੋ ਨਾਨਕ ਹਮ, ਕਹੋ ਨਾਨਕ ਹਮ ਨੀਚ ਕਰਮਾ, ਕਹੋ ਨਾਨਕ ਹਮ ਨੀਚ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ ਪਰੇ ਕੀ। ਹੇ ਵਾਹਿਗੁਰੂ ਜੀ, ਸਾਡੇ ਕਰਮ ਨਹੀਂ ਹੋਏ ਨੇ, ਇਹ ਗੁਰੂ ਅੱਗੇ ਅਰਦਾਸ ਕਰਨੀ। ਸਾਧ ਸੰਗਤ, ਸਾਲ ਪਹਿਲਾਂ ਨਹੀਂ ਸੀ ਬੱਚਿਆਂ ਨੂੰ ਪਤਾ ਵਿਆਹ ਨਵਾਂ ਸਾਲ ਕੀ ਹੁੰਦਾ, ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ, ਹੁਣ ਥੋੜ੍ਹੇ ਸਾਲਾਂ ਤੋਂ ਪ੍ਰਚਾਰ ਵਧਿਆ, ਐਤਕੀ ਤੁਸੀਂ ਵਧਾਈ ਦੇ ਪਾਤਰ ਹੋ, ਇੰਨੇ ਵੱਡਾ ਸਮਾਗਮ ਆਪਾਂ ਓਪਨ ਗਰਾਊਂਡ ਵਿੱਚ ਕੀਤਾ, ਇਹ ਤੁਹਾਡੇ ਬੱਚਿਆਂ ਨੂੰ ਇਹਦਾ ਬਹੁਤ ਲਾਭ ਹੋਏਗਾ। ਆਪਣੇ ਬੱਚਿਆਂ ਨੂੰ ਉਹਦੀ ਫੋਟੋ ਖਿੱਚ ਕੇ ਲੈ ਜਾਇਓ, ਘਰ ਬੱਚਿਆਂ ਨੂੰ ਪੜ੍ਹਾਇਓ। ਚੇਤ ਵਿਸਾਖ ਜੇਠ ਹਾੜ, ਸਾਉਣ ਭਾਦੋਂ ਅੱਸੂ ਕੱਤਕ, ਮੱਘਰ ਪੋਹ ਮਾਘ ਤੇ ਫੱਗਣ। ਬਸ ਇੱਦਾਂ ਉਹਨਾਂ ਨੂੰ ਬੱਚਿਆਂ ਨੂੰ ਯਾਦ ਕਰਾਇਓ, ਇਹ ਮਹੀਨੇ ਵੀ ਉਹਨਾਂ ਨੂੰ ਯਾਦ ਕਰਾਓ। ਆਪਾਂ ਦੂਜਾ ਸਾਲ ਵੀ ਚਲੋ ਉਹ ਤੁਸੀਂ ਮਨਾਉਂਦੇ ਹੋ, ਠੀਕ ਹੈ ਉਹ ਵੀ, ਪਰ ਆਹ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਵਾਲਾ ਇਹ ਆਪਾਂ ਹਰੇਕ ਸਾਲ ਮਨਾਉਣਾ, ਇੱਦਾਂ ਤਕੜੇ ਹੋ ਕੇ ਮਨਾਉਣਾ। ਔਰ ਤੁਹਾਨੂੰ ਬੇਨਤੀ ਹੈ, ਇਹ ਆਪਾਂ ਸਾਲ ਮਨਾਵਾਂਗੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਆਪਾਂ ਨੂੰ ਮਿਲਣਗੀਆਂ। ਸਾਧ ਸੰਗਤ, ਇਹ ਕੌਮ ਦੀ ਹੋਂਦ ਹੈ, ਜਿਹੜੇ ਲੋਕ ਆਪਣੀ ਅਤੇ ਆਪਣੇ ਕੌਮ ਦੀ ਹੋਂਦ ਗਵਾ ਪੈਂਦੇ ਨੇ, ਉਹਨਾਂ ਦੀਆਂ ਹੋਂਦਾਂ ਮਿਟ ਜਾਂਦੀਆਂ ਨੇ। ਇਸ ਧਰਤੀ ਦੇ ਨਕਸ਼ੇ ਤੋਂ ਕਦੇ ਜੈਨੀਆਂ ਦਾ ਰਾਜ ਹੁੰਦਾ ਸੀ, ਅੱਜ ਉਂਗਲੀਆਂ 'ਤੇ ਗਿਣਨ ਵਾਲੇ ਰਹਿ ਗਏ। ਕਦੇ ਜੈਨੀਆਂ ਦਾ ਰਾਜ ਰਿਹਾ, ਅਸ਼ੋਕ ਸਮਰਾਟ ਵਰਗੇ ਜੈਨੀ ਬੰਦੇ ਰਹੇ ਨੇ। ਸਾਧ ਸੰਗਤ, ਇਸ ਕਰਕੇ ਇਹ ਸੁਚੇਤ ਰਹਿਣੇ, ਕੌਮਾਂ ਦੇ ਵਜੂਦ ਰੱਖਣ ਵਾਸਤੇ ਪ੍ਰਬੰਧਕਾਂ ਨੇ ਉਪਰਾਲਾ ਕੀਤਾ, ਕੌਮ ਉਪਰਾਲਾ ਕਰ ਰਹੀ ਹੈ। ਕੱਲ੍ਹ ਵੀ ਸਾਰੀ ਰਾਤ ਮੰਜੀ ਸਾਹਿਬ ਦੀਵਾਨ ਚੱਲਿਆ, ਇੱਥੇ ਵੀ ਆਤਿਸ਼ਬਾਜ਼ੀ ਹੋਈ ਹੈ। ਆਪਣੇ ਬੱਚਿਆਂ ਨੂੰ ਇਹ 12 ਮਹੀਨੇ ਜ਼ਰੂਰ ਯਾਦ ਕਰਾਇਓ, ਫੋਟੋ ਖਿੱਚ ਕੇ ਲੈ ਜਾਇਓ, ਇਹ ਮਹੀਨੇ ਤੁਹਾਡੇ ਬੱਚਿਆਂ ਨੂੰ ਯਾਦ ਹੋਣ। ਅਗਲੇ ਸਾਲ ਆਪਾਂ ਫਿਰ ਇੱਦਾਂ ਹੀ ਵੱਡੀ ਪੱਧਰ ਉੱਤੇ ਇਹ ਸਮਾਗਮ ਇਹ ਜਗ੍ਹਾ 'ਤੇ ਮਨਾਉਣਾ। ਸਤਿਗੁਰੂ ਤੁਹਾਨੂੰ, ਪ੍ਰਬੰਧਕਾਂ ਨੂੰ, ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੁਸੀਂ ਤਕੜੇ ਹੋ ਕੇ ਉਪਰਾਲਾ ਕਰਿਓ, ਮੇਰਾ ਮਨ ਹੈ ਵੀ ਮੈਂ ਅਗਲੇ ਸਾਲ ਫਿਰ ਤੁਹਾਡੇ ਸਮਾਗਮ 'ਤੇ ਆ ਜਾਵਾਂਗਾ। ਬਸ ਤੁਸੀਂ ਮਨਾ ਲਿਓ, ਤਕੜੇ ਹੋ ਕੇ।
ਸ੍ਰੀ ਅਕਾਲ। ਕਿਉਂਕਿ ਮੈਨੂੰ ਪ੍ਰਧਾਨ ਜੀ ਜਦੋਂ ਮੈਂ ਫੋਨ ਨਹੀਂ ਨਾ ਚੁੱਕਿਆ ਕਹਿੰਦੇ ਸਾਡੀ ਤਾਂ ਜਾਨ ਡਰੀ ਜਾਂਦੀ ਹੈ, ਤੁਸੀਂ ਫੋਨ ਨਹੀਂ ਚੁੱਕਿਆ ਭਾਈ ਸਾਹਿਬ, ਅਸੀਂ ਸਮਾਗਮ ਏਡਾ ਵੱਡਾ ਰੱਖਿਆ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਾਉਣ ਵਾਲੇ ਨੇ, ਕੋਈ ਗੱਲ ਹੀ ਨਹੀਂ, ਆਪੇ ਹੋ ਜਾ। ਸਾਧ ਸੰਗਤ ਤੁਹਾਨੂੰ ਇਹ ਬੇਨਤੀ ਹੈ, ਤੁਸੀਂ ਤਕੜੇ ਹੋ ਕੇ ਮਨਾਇਓ, ਆਪਾਂ ਸਾਰੇ ਰਲ ਮਿਲ ਕੇ ਅਗਲੇ ਸਾਲ ਫਿਰ ਗੁਰੂ ਦੀਆਂ ਖੁਸ਼ੀਆਂ ਲਵਾਂਗੇ। ਅਗਲਾ ਪ੍ਰੋਗਰਾਮ ਸਰਵਣ ਕਰੋ, ਮੈਨੂੰ ਅਸੀਸਾਂ ਦਿਓ, ਅਸੀਂ ਇਕੱਲੇ ਬੋਲਣ ਜੋਗੇ ਨਾ ਰਹਿ ਜਾਈਏ, ਤੁਹਾਡੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਸਾਰੀ ਸੰਗਤ ਨੇ ਅਸੀਸ ਝੋਲੀ ਵਿੱਚ ਪਾਉਣੀ, ਪਾਤਸ਼ਾਹ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਬਖਸ਼ੀ ਹੋਈ ਸੇਵਾ ਆਖਰੀ ਸਵਾਸ ਤੱਕ ਸਤਿਗੁਰੂ ਲੈਣ। ਸਾਰੀਆਂ ਸੰਗਤਾਂ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦੇ ਕੀਰਤਨੀਆਂ ਦਾ, ਆਏ ਹੋਏ ਢਾਡੀ ਸਿੰਘਾਂ ਦਾ, ਬੀਬੀਆਂ ਭੈਣਾਂ ਦਾ, ਸਭ ਦਾ ਧੰਨਵਾਦ। ਸਮੁੱਚੇ ਪ੍ਰਬੰਧ ਦਾ, ਪ੍ਰਧਾਨ ਸਾਹਿਬ ਜੀ, ਸਰਦਾਰ ਅਮਰਜੀਤ ਸਿੰਘ ਜੀ, ਸਾਰਿਆਂ ਦਾ ਧੰਨਵਾਦ। ਅਸੀਸ ਦਿਓ, ਭੁੱਲਾਂ ਨਾ ਚਿਤਾਰਿਓ, ਕਰੋੜਾਂ ਵਾਰ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕਰਦਿਆਂ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।